ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਤਸੰਗ ਜੀਓ ਅਜੋਕੇ ਸਮੇਂ ਦੇ ਅੰਦਰ ਇਨਸਾਨੀ ਦਿਮਾਗ ਦੀ ਜਿਹੜੀ ਯਾਦਦਾਸ਼ਤ ਆ ਉਹ ਬਹੁਤ ਜ਼ਿਆਦਾ ਨੀਵੇਂ ਪੱਧਰ ਤੇ ਜਾ ਰਹੀ ਹੈ ਬਹੁਤ ਕਮਜ਼ੋਰ ਹੋ ਰਹੀ ਆ ਇਹਦਾ ਕਾਰਨ ਇੱਕ ਹੈਗਾ ਕਿ ਅਸੀਂ ਜਿਉਂ-ਜਿਉਂ ਇਸ ਕੰਪਿਊਟਰ ਯੁੱਗ ਦੇ ਵਿੱਚ ਆਪਣੀ ਜਿਹੜੀ ਨਿਰਭਰਤਾ ਹੈਗੀ ਆ ਉਹ ਲੈਪਟਾਪ ਕੰਪਿਊਟਰ ਜਾਂ ਮੋਬਾਈਲਾਂ ਦੇ ਉੱਤੇ ਅਸੀਂ ਛੱਡ ਦਿੱਤੀ ਆ ਤੇ ਅਸੀਂ ਕੋਈ ਵੀ ਜਿਹੜਾ ਨਾ ਸਵਾਲ ਆ ਉਹਦਾ ਜਵਾਬ ਲੱਭਣ ਵਾਸਤੇ ਅਸੀਂ ਸਰਚ ਮਾਰਦੇ ਆ ਕਿ ਇਹਦਾ ਕੀ ਜਵਾਬ ਹੋ ਸਕਦਾ ਹੈਗਾ ਕਿਉਂਕਿ ਸਾਡੇ ਜਿਹੜੇ ਬ੍ਰੇਨ ਆ ਨਾ ਤਕਰੀਬਨ ਬਿਲਕੁਲ ਇਹ ਡੈੱਡ ਹੋ ਚੁੱਕੇ ਆ ਅੱਜਕੱਲ ਦੇ ਬੱਚੇ ਚਾਹੇ ਮਾਡਰਨ ਸਕੂਲ ਬਣ ਗਏ ਆ ਉਹਨਾਂ ਦੇ ਉੱਤੇ ਇੰਗਲਿਸ਼ ਮੀਡੀਅਮ 'ਚ ਪੜਾਈਆਂ ਚੱਲਦੀਆਂ ਪਰ ਇਹ ਬੱਚੇ ਜਿਹੜੇ ਉੱਚੀਆਂ ਕਲਾਸਾਂ ਵਿੱਚ ਵੀ ਆ ਨਾ ਅਗਰ ਇਹਨਾਂ ਨੂੰ ਪਹਾੜਾ ਪੁੱਛ ਲਈਏ ਕਿ ਭਾਈ 2 2 ਦਾ ਪਹਾੜਾ ਤੇ ਇਹਦਾ ਪਹਾੜਾ ਸੁਣਾਓ ਤੇ ਬੱਚੇ ਜਿਹੜੇ ਹਨ ਇਹਨਾਂ ਗੱਲਾਂ 'ਚ ਅਸਮਰਥ ਹੋ ਜਾਣਗੇ ਤੇ ਇੱਕ ਦਮ ਇਹ ਮੋਬਾਈਲ ਕੱਢ ਕੇ ਦੇਖਣਗੇ ਕਿ ਭਾਈ 2 2 ਚਾਰ ਹੁੰਦੇ ਆ ਕਿ 6 ਹੁੰਦੇ ਆ ਕਿਉਂਕਿ ਇਹਨਾਂ ਦੇ ਜਿਹੜੇ ਬ੍ਰੇਨ ਆ ਨਾ ਉਹਨਾਂ ਦੇ ਵਿੱਚ ਉਹ ਯਾਦਦਾਸ਼ਤ ਬਿਲਕੁਲ ਜਿਹੜੀ ਆ ਉਹ ਖੰਭ ਲਾ ਕੇ ਉੱਡ ਗਈ ਆ ਇਹਦਾ ਕਾਰਨ ਇੱਕ ਹੈਗਾ ਕਿ ਜੋੜਾ ਪ੍ਰਾਤਨ ਸਮਾ ਸਮਾ ਸੀ ਜਿਵੇਂ 라ਵਣ ਦਾ ਸਮਾ ਸੀ ਜਾਂ ਹੋਰ ਸਮਾ ਸੀ ਉਸ ਟਾਈਮ ਇਹ ਜਿਹੜੀ ਸੋਚ ਸ਼ਕਤੀ ਸੀ ਇੰਨੀ ਵਿਕਸਿਤ ਸੀਗੀ ਕਿ ਵੱਡੇ ਵੱਡੇ ਗ੍ਰੰਥ ਜਿਹੜੇ ਸੀਗੇ ਉਹ ਆਮ ਲੋਕਾਂ ਨੂੰ ਯਾਦ ਸੀ ਤੇ ਪੁਰਾਣੀਆਂ ਗੱਲਾਂ ਪੁਰਾਣੇ ਤਜਰਬੇ ਸਭ ਯਾਦ ਸੀਗੇ ਇਸੇ ਕਰਕੇ ਸਾਇੰਸ ਦੀਆਂ ਕਾਢਾਂ ਹੋਈਆਂ ਪਰ ਜੋ ਕੇ ਸਮੇਂ ਦੇ ਵਿੱਚ ਇਹ ਸੋਚ ਦੀ ਸ਼ਕਤੀ ਜਿਹੜੀ ਆ ਇਹ ਗਰਾਊਂਡ ਵੱਲ ਕਿਉਂ ਜਾ ਰਹੀ ਆ ਇਹਦਾ ਕਾਰਨ ਇਹ ਕਾ ਕਿ ਅਸੀਂ ਆਪਣੇ ਹਨਾ ਅਸਲ ਚ ਜਿਹੜਾ ਚੀਜ਼ ਵਾ ਅਸਲ ਸ਼ਕਤੀ ਅਸਲ ਮੰਜ਼ਲ ਤੋਂ ਟੁੱਟ ਗਈ ਉਹ ਹੈ ਸਿਮਰਨ ਸਾਧਨਾ ਕਿਉਂਕਿ ਬਿਨਾਂ ਸਿਮਰਨ ਸਾਧਨਾ ਦੇ ਇਹ ਜਿਹੜਾ ਗਿਆਨ ਇਹ ਪਰਫੁੱਲਤ ਹੋ ਹੀ ਨਹੀਂ ਸਕਦਾ ਸਾਡੇ ਬ੍ਰੇਨ ਦੀ ਜਿਹੜੀ ਸ਼ੋਚ ਸ਼ਕਤੀ ਆ ਵਧ ਨਹੀਂ ਸਕਦੀ ਪਰ ਅਸੀਂ ਕੀ ਕਰਦੇ ਆ ਕਿ ਆਪਣੇ ਦਿਮਾਗ ਦੀ ਸੋਚ ਸ਼ਕਤੀ ਨੂੰ ਵਿਕਸਿਤ ਕਰਨ ਲਈ ਜਿਵੇਂ ਕਈ ਤਰ੍ਹਾਂ ਦੇ ਪ੍ਰੋਡਕਟ ਆ ਜਿਨ੍ਹਾਂ ਦੇ ਵਿੱਚ ਉਹ ਕਹਿ ਦਿੰਦੇ ਆ ਕਿ ਇਹਦੇ ਵਿੱਚ ਬਦਾਮ ਜਾਂ ਕਾਜੂ ਜਾਂ ਹੋਰ ਚੀਜ਼ਾਂ ਮਿਕਸ ਹੈਗੀਆਂ ਇਹ ਖਾਓ ਦਿਮਾਗ ਦੀ ਸ਼ਕਤੀ ਵਧਾਓ ਇਹ ਤਾਂ ਪਰ ਅਸਲ ਦੇ ਵਿੱਚ ਜਿਹੜੀ ਦਿਮਾਗੀ ਸ਼ਕਤੀ ਆ ਨਾ ਉਹ ਭਜਨ ਸਿਮਰਨ ਦੇ ਨਾਲ ਵੱਧਦੀ ਆ ਫਰਜ਼ ਕੋਲੋਂ ਕਿਸੇ ਦੇ ਦਿਮਾਗੀ ਸ਼ਕਤੀ ਜੇ ਅਗਰ ਕੁਝ ਹੈਗੀ ਵੀ ਆ ਤੇ ਉਹਨੂੰ ਜਿਹੜੀ ਚੀਜ਼ ਚੇਤੇ ਹੋ ਜਾਂਦੀ ਹੈ ਨਾ ਦੂਸਰੇ ਪਲ ਦੇ ਵਿੱਚ ਉਹ ਭੁੱਲ ਜਾਂਦਾ ਇਨਸਾਨ ਉਹਨੂੰ ਯਾਦ ਨਹੀਂ ਰਹਿੰਦਾ ਕਿ ਮੈਂ ਕੀ ਚੇਤੇ ਕੀਤਾ ਸੀਗਾ ਤੇ ਇਸ ਕਰਕੇ ਅਸੀਂ ਅਬ ਆਪਣੀਆਂ ਪ੍ਰੀਖਿਆਵਾਂ ਦੇ ਵਿੱਚ ਵੀ ਇਨਕਾਮਜਬ ਨਹੀਂ ਹੁੰਦੇ ਔਰ ਇਸ ਕਰਕੇ ਕਈ ਤਰ੍ਹਾਂ ਦੇ ਕਈ ਲੋਕੀ ਜਿਹੜੇ ਉਹ ਪ੍ਰੋਗਰਾਮ ਟੀਮਾਂ ਦੇ ਕਰਾਉਂਦੇ ਆ ਜਿਵੇਂ ਕੌਣ ਬਣੇਗਾ ਕਰੋੜਪਤੀ ਉਹਦੇ ਵਾਸਤੇ ਜਨਰਲ ਨੌਲੇਜ ਦੇ ਸਵਾਲ ਪੁੱਛਦੇ ਆ ਪਰ ਉਹਦੇ ਵਿੱਚੋਂ ਜਾਨੀ ਕਿ ਕੁਝ ਐਸੇ ਬੱਚੇ ਆ ਜਿਨ੍ਹਾਂ ਦੇ ਦਿਮਾਗ ਦੀ ਖੋਜ ਥੋੜੀ ਵਿਕਸਿਤ ਜ਼ਰੂਰ ਹੁੰਦੀ ਆ ਪਰ ਅਸਲ ਦੇ ਵਿੱਚ ਜੋ ਵਿਕਸਿਤ ਚੀਜ਼ ਆ ਉਹ ਕੇਵਲ ਤੇ ਕੇਵਲ ਨਾਮ ਭਜਨ ਸਿਮਰਨ ਦੇ ਨਾਲ ਹੋ ਸਕਦੀ ਆ ਇਹ ਜਿਹੜੀ ਬੁੱਧੀ ਹਨਾ ਉਹਦੇ ਨਾਲ ਖੋਲ ਸਕਦੀ ਆ ਨਹੀਂ ਤਾਂ ਆਮ ਕਰਕੇ ਆਪਾਂ ਦੇਖਦੇ ਆ ਕਿ ਬੇਸ਼ੱਕ ਅਸੀਂ ਕੋਸ਼ਿਸ਼ ਵੀ ਕਰੀਏ ਕਿਸੇ ਚੀਜ਼ ਨੂੰ ਚਿੱਤੇ ਕਰਨ ਦੀ ਉਹ ਚੀਜ਼ ਸਾਡੀ ਯਾਦ ਸ਼ਕਤੀ ਤੋਂ ਬਾਹਰ ਹੋ ਜਾਂਦੀ ਆ ਕਿਉਂ ਕਿ ਕਿਉਂਕਿ ਸਾਡੇ ਅੰਦਰ ਨਾ ਟਿਕਾ ਨਹੀਂ ਹੈਗਾ ਉਸ ਨਿਰੰਕਾਰ ਦੀ ਨਾਮ ਦੀ ਯਾਦ ਦਾ ਖੇੜਾ ਨਹੀਂ ਹੈਗਾ ਸਾਡੇ ਅੰਦਰ ਸਹਿਜ ਨਹੀਂ ਹੈਗਾ ਸੋ ਇਸ ਕਰਕੇ ਇਸ ਖੇੜੇ ਸਹਿਜ ਤੇ ਆਨੰਦ ਦੇ ਵਿੱਚ ਪਹੁੰਚਣ ਵਾਸਤੇ ਸਾਨੂੰ ਪਹਿਲਾਂ ਨਾ ਸਾਧੂਆਂ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈਗੀ ਤੇ ਸਾਧੂਆਂ ਦੀ ਸੰਗਤ ਦਾ ਜਦੋਂ ਸਾਡੇ ਅੰਦਰ ਲਗਾ ਪੈਦਾ ਹੋ ਜਵੇ ਸਾਡੇ ਅੰਦਰ ਰਸ ਬਣ ਨਾ ਪਵੇ ਤਾਂ ਸ਼ੰਤਮਹ ਮਹਾਂਪੁਰਖਾਂ ਦੇ ਪਰਵਚਨ ਸੁਣਦੇ ਆਸੀਂ ਆਦੀ ਹੋ ਜਾਈਏ ਤੇ ਫਿਰ ਹੌਲੀ-ਹੌਲੀ ਸਾਡੀ ਜਿਹੜੀ ਰੁਚੀ ਆ ਨਾ ਉਹ ਨਾਮ ਭਜਨ ਸੁੰਨਣ ਦੇ ਵਿੱਚ ਕੁਦਰਤੀ ਤੌਰ ਤੇ ਲੱਗਣ ਲੱਗ ਪੈਂਦੀ ਆ ਤੇ ਅਗਰ ਉਸ ਦੀ ਮਿਹਰ ਹੋ ਜਵੇ ਤੇ ਸਾਡੇ ਅੰਦਰ ਕਿਸੇ ਤਰ੍ਹਾਂ ਉਹਦਾ ਨਾਮ ਚੱਲ ਪਵੇ ਤੇ ਨਾਮ ਚੱਲਣ ਦੇ ਨਾਲ ਸਾਡੀ ਯਾਦ ਸ਼ਕਤੀ ਵੀ ਬਦਲਣ ਲੱਗ ਪੈਂਦੀ ਹੈਗੀ ਆ ਕਿਉਂਕਿ ਨਾਮ ਸਾਰਿਆਂ ਗੱਲਾਂ ਦੇ ਵਿੱਚ ਸਮਰਥ ਹੈਗਾ ਤਾਂ ਨੂੰ ਸਾਰਿਆਂ ਗੱਲਾਂ ਦੇ ਸਮਰਥ ਕਰਨ ਦੀ ਸ਼ਕਤੀ ਇਹਦੇ ਵਿੱਚ ਹੈਗੀ ਆ ਇਸ ਕਰਕੇ ਨਾਮ ਨੂੰ ਅਸੀਂ ਹੈਨਾ ਮੁੱਢ ਤੋਂ ਹੀ ਫੜਨਾ ਹੈਗਾ ਤੇ ਨਾਮ ਭਜਨ ਸਿਮਰਨ ਕਰਨ ਦੇ ਨਾਲ ਅਸੀਂ ਦੇਖਾਂਗੇ ਕਿ ਜਿਹੜੀਆਂ ਅਪੁੱਲ ਚੀਜ਼ਾਂ ਹੈਗੀਆਂ ਉਹ ਅਪੁੱਲ ਚੀਜ਼ਾਂ ਜਿਹੜੀਆਂ ਹਨ ਸਾਡੇ ਜਿਹਨ ਦੇ ਵਿੱਚ ਚੇਤੇ ਦੇ ਵਿੱਚ ਆ ਜਾਂਦੀਆਂ ਸਾਡੇ ਅੰਦਰ ਉਹ ਬੁੱਧੀ ਦੀ ਰੋਸ਼ਨੀ ਪ੍ਰਗਟ ਹੋਣ ਲੱਗ ਪੈਂਦੀ ਹੈ ਸਾਨੂੰ ਪਤਾ ਲੱਗਣ ਲੱਗ ਪੈਂਦਾ ਕਿ ਅਸੀਂ ਆਪਣੇ ਦਿਮਾਗ ਦੇ ਅੰਦਰ ਕੀ ਕੁਝ ਬਸਾ ਸਕਦੇ ਹਾਂ ਕੀ ਚੇਤਾ ਕਰਾ ਸਕਦੇ ਹਾਂ ਤੇ ਕਿਹੜੇ ਕਿਹੜੇ ਸਵਾਲ ਹੈ ਜਿਨ੍ਹਾਂ ਦਾ ਜਵਾਬ ਅਸੀਂ ਬੜੇ ਸਹਿਜ ਔਰ ਬਹੁਤ ਵਧੀਆ ਢੰਗ ਤਰੀਕੇ ਨਾਲ ਵੀ ਦੇ ਸਕਦੇ ਹੈਗੇ ਇਹ ਬੁੱਧੀ ਦਾ ਵਿਕਾਸ ਕੇਵਲ ਦੇ ਕੇਵਲ ਨਾਮ ਭਜਨ ਸਿਮਰਨ ਕਰਨ ਦੇ ਕਾਰਨ ਹੀ ਹੋ ਸਕਦਾ ਹੈ ਇਸੇ ਕਰਕੇ ਗਰਵਾਣੀ ਨੇ ਆਖਿਆ ਹੈ ਕਿ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਅਜਦਾਸ ਇਸੇ ਹੀ ਵਿਸ਼ੇ ਦੇ ਉੱਤੇ ਕਿਵੇਂ ਇੱਕ ਮਹਾਤਮਾ ਨੇ ਉਸ ਦੀ ਰਚਨਾ ਦੇ ਉੱਤੇ ਜਦ ਰਾਮ ਲਿਖਿਆ ਉਹਨਾਂ ਸਾਰੇ ਜਿਹੜੇ ਗ੍ਰੰਥ ਸੀਗੇ ਉਹ ਸਭ ਯਾਦ ਹੋ ਗਏ ਉਹਦੇ ਅੰਦਰ ਕਪਾੜ ਖੁੱਲ ਗਏ ਅੰਦਰੋਂ ਉਹਦੇ ਅੰਦਰ ਗਿਆਨ ਦੀ ਧਾਰਾ ਜਿਹੜੀ ਸੀਗੀ ਉਹ ਵਹਿ ਤੁਰੀ ਅੱਜ ਦੱਸ ਇਸੇ ਵਿਸ਼ੇ ਦੇ ਉੱਤੇ ਕੁਝ ਕੁ ਵਿਚਾਰ ਆਪ ਸਾਰੀਆਂ ਸੰਤਾਨਾਂ ਨਾਲ ਸਾਂਝਾ ਕਰਨ ਦਾ ਯਤਨ ਕਰਦਾ ਹੈਗਾ ਦੇਖੋ ਆਮ ਕਰਕੇ ਆਪਾਂ ਸੰਸਾਰ ਦੇ ਵਿੱਚ ਦੇਖਦੇ ਆਂ ਕਿ ਕਈ ਬੁੱਧੀਜੀਵ ਜਿਹੜੇ ਆਪਣੇ ਮਨੁੱਖ ਹੁੰਦੇ ਆ ਜੰਗਿਆਨੀ ਧਿਆਨੀ ਵਿਦਵਾਨ ਹੁੰਦੇ ਆ ਇਹੋ ਜਿਹੇ ਜਿਹੜੇ ਵਿਅਕਤੀ ਹੁੰਦੇ ਆ ਇਹਨਾਂ ਦੀ ਕੋਈ ਵੀ ਆਦਮੀ ਜਿਹੜਾ ਹਨਾ ਉਹ ਸਹੀ ਤੌਰ ਤੇ ਤਸੱਲੀ ਨਹੀਂ ਕਰਾ ਸਕਦਾ ਕਿਉਂਕਿ ਇਹਨਾਂ ਦੇ ਅੰਦਰ ਜਿਹੜੀ ਹਨ ਸਵਾਲਾਂ ਦੀ ਕਟਸ਼ੀ ਹੁੰਦੀ ਹੈ ਬਹੁਤ ਵੱਡੀ ਹੁੰਦੀ ਹੈਗੀ ਇਸ ਕਰਕੇ ਇਹਨਾਂ ਦਾ ਜਿਹੜਾ ਮਨੁਸ਼ੀਤੀ ਸੰਤੁਸ਼ਟ ਨਹੀਂ ਹੁੰਦਾ ਪਰ ਖਾਸ ਕਰਕੇ ਜਿਹੜੇ ਅਨਪੜ੍ਹ ਲੋਕੀ ਜਾਂ ਭੋਲੇ-ਪਾਲੇ ਸਿੱਦੇ ਸ਼ਰਧਾਵਾਨ ਹਨ ਉਹਨਾਂ ਦੇ ਅੰਦਰ ਕਿਸੇ ਵੀ ਸਵਾਲਾਂ ਦੀ ਕੋਈ ਲੰਬੀ ਕਟਸ਼ੀ ਨਹੀਂ ਹੁੰਦੀ ਕਿਉਂ ਉਹਨਾਂ ਦੇ ਅੰਦਰ ਇੱਕੋ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਸਤ ਵਜਨ ਜੋ ਗੁਰ ਕੋ ਸੋਈ ਪਲ ਮੰਨੋ ਜੋ ਗੁਰੂ ਨੇ ਗੱਲ ਕਹਿਤੀ ਉਹਨਾਂ ਨੇ ਮੰਨ ਲਈ ਤੇ ਮੰਨਣ ਦਾ ਭਾਵ ਕੀ ਆਪਣੇ ਹਿਰਦੇ ਅੰਦਰ ਦੇ ਵਿੱਚ ਬਿਠਾ ਲਈ ਉਹ ਇਸ ਗੱਲ ਤੇ ਤੁਰਪੈ ਪਰ ਵਿਦਵਾਨ ਲੋਕਾਂ ਦਾ ਤੁਰਨਾ ਬੜਾ ਔਖਾ ਹੈਗਾ ਇਸ ਕਰਕੇ ਉਹਨਾਂ ਦੇ ਅੰਦਰ ਇਹਨਾਂ ਸਵਾਲ ਤੋਂ ਸਵਾਲ ਹੀ ਪੈਦਾ ਹੁੰਦੇ ਰਹਿੰਦੀ ਹੈ ਤੇ ਇਹਨਾਂ ਸਵਾਲਾਂ ਦੇ ਵਿੱਚ ਹੀ ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਹੈਗਾ ਤੇ ਇਹਨਾਂ ਸਵਾਲਾਂ 'ਚ ਰੁੱਝੇ ਹੋਣ ਕਾਰਨ ਉਹ ਅਸਲ ਗਿਆਨ ਤੋਂ ਇੱਕ ਪਾਸੇ ਰਹਿ ਜਾਂਦੇ ਆ ਪਰ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈਗਾ ਕਿ ਇਹ ਜੋ ਵਿਸ਼ਾ ਹੈਗਾ ਨਾਮ ਭਜਨ ਸਿਮਰਨ ਦਾ ਨਿਰੰਕਾਰ ਦੇ ਮਾਰਗ ਦਾ ਇਹ ਅਗੰਮ ਹੈ ਉਹੋਦ ਹੈਗਾ ਇਸ ਕਰਕੇ ਉਹ ਇਹਨਾਂ ਬਲ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ ਉਹ ਕੇਵਲ ਤੇ ਕੇਵਲ ਸ਼ੁਕਰੀਆ ਦੇ ਵਿੱਚ ਰਹਿੰਦੇ ਆ ਕਿ ਚਲੋ ਸ਼ੁਕਰ ਆ ਉਸ ਨਿਰੰਕਾਰ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਚਰਨਾਂ ਵਿੱਚ ਤਾਂ ਸਾਨੂੰ ਨਿਵਾਸ ਬਖਸ਼ਿਆ ਹੈਗਾ ਤੇ ਇਸ ਨਿਵਾਸ ਦੇ ਕਾਰਨ ਇਹ ਜਿਹੜੇ ਭੋਲੇ ਪਾਲੇ ਗੁਰਮਖ ਪਿਆਰੇ ਹੁੰਦੇ ਆ ਉਹਨਾਂ ਦੇ ਉੱਤੇ ਫਿਰ ਕਿਵੇਂ ਸੰਤ ਮਹਾਤਮਾ ਕਿਰਪਾ ਕਰਦੇ ਆ ਤੇ ਐਸੀ ਕਰਪਾ ਹੁੰਦੀ ਆ ਕਿ ਵੱਡੇ ਵੱਡੇ ਵਿਦਵਾਨ ਜਿਹੜੇ ਆਪਣੇ ਆਪ ਨੂੰ ਬਹੁਤ ਬੁੱਧੀਸ਼ਾਲੀ ਜਾਂ ਕਈਆਂ ਵਿਚਾਰਾਂ ਦੇ ਵਿੱਚ ਆਪਣੇ ਆਪ ਨੂੰ ਬੁਝ ਸ਼ਰਮ ਨਹੀਂ ਸਮਝਦੇ ਆ ਲੇਕਿਨ ਜਦੋਂ ਉਹ ਇਹ ਜੋ ਭੋਲੇ ਭਾਲੇ ਦੀ ਸੰਗਤ ਕਰਦੇ ਆ ਨਾ ਤੇ ਉਹ ਵੀ ਅਚਾਰਜ ਰਹਿ ਜਾਂਦੇ ਆ ਜਿਵੇਂ ਇੱਕ ਸੱਜਣ ਜਿਹੜੇ ਬੜੇ ਭੋਲੇ ਭਾਲੇ ਸੀ ਤੇ ਉਹਨਾਂ ਦੇ ਅੰਦਰ ਸ਼ਰਧਾ ਤੇ ਪ੍ਰੇਮ ਸੀ ਦੇਖੋ ਜਿੱਥੇ ਸ਼ਰਧਾ ਤੇ ਪ੍ਰੇਮ ਹੋਵੇ ਨਿਰੰਕਾਰ ਦੀ ਮਿਹਰ ਵੀ ਉੱਥੇ ਹੁੰਦੀ ਆ ਪਰ ਜਿੱਥੇ ਸ਼ਰਦੇਤ ਉਲਟ ਸ਼ੰਕਾ ਪੈਦਾ ਹੋ ਜਵੇ ਉਸ ਤੇ ਨਰਿੰਕਰ ਆਪਣੀ ਮਿਹਰ ਦਾ ਹੱਥ ਚੱਕ ਲੈਂਦਾ ਪਰ ਇਹ ਸੱਜਣ ਜਿਹੜੇ ਸੀ ਹਰ ਟਾਈਮ ਨਾਮ ਜਪਦੇ ਰਹਿੰਦੇ ਸੀ ਭੋਲੇ-ਪਾਲੇ ਸੀ ਇਸ ਕਰਕੇ ਜਿਹੜੇ ਮਹਾਦਵਾ ਉਸ ਮੰਦਿਰ ਦੇ ਸੀਗੇ ਨਾ ਪੁਜਾਰੀ ਉਸ ਗੁਰਧਾਮ ਦੇ ਉਹਨਾਂ ਨੇ ਇਹਦੀ ਡਿਊਟੀ ਲਾਤੀ ਵੀ ਜਿੰਨੀ ਵੀ ਸੰਗਤ ਆਉਂਦੀ ਹੈ ਨਾ ਤੁਸੀਂ ਸੇਵਾ ਇਹ ਕਰਨੀ ਕਿ ਉਹਨਾਂ ਨੂੰ ਚਰਨਾਂਮਤ ਅਮਰਤ ਪਿਲਾਇਆ ਕਰੋ ਜਿਵੇਂ ਅਸੀਂ ਗੁਰੂ ਘਰਾਂ ਦੇ ਅੱਗੇ ਗਰਮੀਆਂ ਵਿੱਚ ਸ਼ਬੀਰ ਲਾਉਂਦੇ ਆਂ ਯਾ ਹੋਰ ਕਿਹੜਾ ਪ੍ਰਸ਼ਾਦੀ ਦੇਗਾ ਅਸੀਂ ਵਰਤਾਉਨੇ ਆ ਉੱਥੇ ਡਿਊਟੀ ਇਹਨਾਂ ਸੱਜਣਾਂ ਦੀ ਲਾਗਦੀ ਹੁਣ ਇਹ ਜਿਹੜੇ ਸੱਜਣ ਸੀਗੇ ਇਹ ਚਰਨਾਮਤ ਅਮਰਦ ਜਿਹੜੇ ਸੀਗੇ ਉਹ ਆਈ ਗਏ ਸੰਗਤਾਂ ਨੂੰ ਪੜਉ ਦੇ ਸਕੇ ਤੇ ਉੱਥੇ ਦੇ ਇੱਕ ਵਿਦਵਾਨ ਜਿਹੜੇ ਸੀਗੇ ਆਪਣੇ ਆਪ ਨੂੰ ਬਹੁਤ ਉੱਚ ਸ਼੍ਰੇਣੀ ਦੇ ਕਹੋਂਦੇ ਸੀਗੇ ਉਹਨਾਂ ਨੇ ਕੀ ਦੇਖਿਆ ਕਿ ਇਹ ਸੱਜਣ ਜਿਹੜੇ ਚਰਨਾਮਤ ਦਾ ਦਿੰਦੇ ਆ ਪਰ ਜਿਹੜੀ ਬੇਨਿਜਮੀ ਆ ਉਹਨੂੰ ਤੇ ਉਹਨੂੰ ਜਿਹੜੇ ਸੀ ਇਹ ਅੰਗੋਲੀਆਂ ਕਰਦੇ ਆ ਕਿਉਂ ਜਿਹੜਾ ਨਿਜਮ ਹੈਗਾ ਕਿ ਮੰਤਰ ਜਪਣੇ ਮੰਤਰ ਜਪਣ ਦੇ ਨਾਲ ਜਿਹੜੇ ਹੈ ਉਹ ਇਹ ਸੇਵਾ ਜਿਹੜੀ ਨਿਭਾਉਣੀ ਚਾਹੀਦੀ ਆ ਜਿਵੇਂ ਉਹਨਾਂ ਨੇ ਆਪਣੇ ਵਿਦਵਾਨ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਪੜੀਆਂ ਸੁਣੀਆਂ ਸੀ ਉਹ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਜਿਹੜਾ ਇਹ ਸੰਗਤ ਦੀ ਸੇਵਾ ਕਰਦੇ ਆ ਉਹਨਾਂ ਨੂੰ ਚਰਨਾਮਤ ਅਮਰਤ ਦਿੰਦੇ ਆ ਇਹ ਟਾੜਾ ਠਾ ਜੋ ਟੰਗ ਤਰੀਕਾ ਨਾ ਠੀਕ ਨਹੀਂ ਹੈਗਾ ਤੁਸੀਂ ਅਨਪੜ ਗਵਾਰ ਲੋਕ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਤੇ ਇਹ ਜਿਹੜੀ ਸੇਵਾ ਸਾਮ ਲੈਨੇ ਆ ਇਸ ਤਰ੍ਹਾਂ ਦੇ ਕੁਛ ਜਿਹੜੇ ਹਨ ਤਿੱਖੇ ਜਾਂ ਕੋੜੇ ਬਚਨ ਸਕੇ ਉਹ ਵੀ ਉਹ ਸੱਜਣ ਨੂੰ ਜਿਹੜੇ ਸੀ ਬੋਲਦੇ ਤੇ ਜਦੋਂ ਬੋਲਦੇ ਤੇ ਉਹ ਸੱਜਣ ਜਿਹੜੇ ਸੀਗੇ ਉਹ ਹੁਣ ਚੁੱਪ ਕਰ ਗਏ ਕਿਉਂਕਿ ਉਹ ਪੜੇ ਲਿਖੇ ਨਹੀਂ ਸੀ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਅਗਰ ਮੈਂ ਵੀ ਪੜਿਆ ਲਿਖਿਆ ਹੁੰਦਾ ਤੇ ਮੈਂ ਵੀ ਕੁਛ ਮੰਤਰ ਜਾਣਦਾ ਕੋਈ ਕਿਸੇ ਗ੍ਰੰਥ ਦੀ ਪੜਚੋਲ ਮੈਂ ਹੀ ਕਰ ਸਕਦਾ ਪਰ ਮੈਂ ਤਾਂ ਕੇਵਲ ਤੇ ਕੇਵਲ ਨਾਮ ਤੋਂ ਬਿਨਾ ਕੋਈ ਚੀਜ਼ ਜਾਣਦਾ ਨਹੀਂ ਜੋ ਮਹਾਪੁਰਖਾਂ ਨੇ ਮੈਨੂੰ ਨਾਮ ਭਜਨ ਦਿੱਤਾ ਬਸ ਉਹ ਹੀ ਜਪਦਾ ਰਹਿੰਦਾ ਹੈਗਾ ਪਰ ਇਸ ਤਰ੍ਹਾਂ ਸਾਰੀ ਸੰਗਤ ਦੇ ਵਿੱਚ ਇਹ ਜਿਹੜੇ ਵਿਦਵਾਨਾਂ ਇਹਨਾਂ ਨੇ ਮੇਰੀ ਜਿਹੜੀ ਬੇਪੱਤੀ ਜਿਹੜੀ ਮਖੌਲ ਸਾਰਿਆਂ ਦੇ ਵਿੱਚ ਅਡਾਤਾ ਇਸ ਕਰਕੇ ਸੱਜਣ ਜਿਹੜੇ ਸੀਗੇ ਹਨ ਅੰਦਰੋਂ ਅੰਦਰੀ ਉਹਨਾਂ ਦੀ ਬੇਪੱਤੀ ਦਾ ਮਖੌਲ ਦਾ ਜੋ ਸਾਰਾ ਗਲਵਾ ਦਾ ਗੰਢ ਸੀਗੀ ਹਨ ਅੰਦਰ ਹੀ ਬੈਠ ਕੇ ਜਿਹੜੇ ਉਹ ਦੱਬ ਕੇ ਬੈਠ ਗਏ ਪਰ ਮਨ ਵਿੱਚ ਬੜਾ ਗਿਲਾ ਹੋਇਆ ਫਿਰ ਇਹਨੇ ਸੋਚਿਆ ਵੀ ਚਲੋ ਜਿਹੜੇ ਮਹਾਤਮਾ ਉਹਨਾਂ ਦੇ ਪਾਸ ਬੇਨਤੀ ਕਰਾਂਗੇ ਕਿ ਮੈਨੂੰ ਵੀ ਜਿਹੜੀ ਆ ਕੁਝ ਵਿਦਿਆ ਸਿਖਾਈ ਜਾ ਵੀ ਮੈਂ ਵੀ ਬੜਾ ਮੈਂ ਵੀ ਕੋਈ ਨਾ ਕੋਈ ਗ੍ਰੰਥ ਪਾਚਾਂ ਇਹ ਸੋਚ ਕੇ ਇਹਨੇ ਮਹਾਤਮਾ ਦੇ ਪਾਸ ਜਾ ਲਿਆ ਜਨਨ ਮਹਾਤਮਾ ਦੇ ਪਾਸ ਗਏ ਤੇ ਉਹ ਮਹਾਤਮਾ ਜਿਹੜੇ ਸੀ ਉਸ ਟਾਈਮ ਕਿਸੇ ਨਦੀ ਦੇ ਉੱਤੇ ਆਪਣੇ ਰੰਗ ਦੇ ਵਿੱਚ ਜਾ ਰਹੇ ਸੀ ਇਹ ਉਹਨਾਂ ਦੇ ਪਾਸ ਗਏ ਉਹਨਾਂ ਨੂੰ ਜਾ ਕੇ ਇਹਨਾਂ ਨੇ ਦੰਡੋਸ ਬੰਦਨਾ ਕੀਤਾ ਤੇ ਰੋਣ ਲੱਗ ਪਏ ਜਦ ਰੋਣ ਲੱਗਿਆ ਉਹ ਮਹਾਤਮਾ ਕਹਿਣ ਲੱਗੇ ਕੀ ਗੱਲ ਹੋਈ ਪੁਰਖਤ ਨੂੰ ਕਿਉਂ ਰੋਣਾ ਇਹ ਕਹਿਣ ਲੱਗੇ ਜੀ ਮੇਰਾ ਚਿਤ ਕਰਦਾ ਵੀ ਮੈਂ ਵੀ ਹਨਾ ਕੁਝ ਪੜ੍ਹਾਈ ਕਰਾਂ ਮੇਰੇ ਪਾਸ ਵਿਦਿਆ ਨਹੀਂ ਹੈਗੀ ਆ ਤੇ ਤੁਸੀਂ ਮੈਨੂੰ ਥੋੜੀ ਵਿਦਿਆ ਗ੍ਰਹਿਣ ਕਰੋ ਜਦ ਇੰਨੀ ਗੱਲ ਨੂੰ ਮਹਾਤਮਾ ਕਹਿਣ ਲੱਗੇ ਵੀ ਤੈਂ ਐਸ ਉਮਰ ਦੇ ਵਿੱਚ ਵਿਦਿਆ ਗ੍ਰਹਿਣ ਕਰਨੇ ਇਹ ਤੂੰ ਕਿਉਂ ਕਰਨੀ ਚਾਹੁੰਦਾ ਇਹ ਕਹਿਣ ਲੱਗੇ ਜੀ ਮੈਂ ਹਨਾ ਕੁਝ ਗ੍ਰੰਥ ਬਚਣੇ ਚਾਹੁੰਦਾ ਕੁਝ ਮੰਤਰ ਬਚਣੇ ਚਾਹੁੰਦਾ ਹੈਗਾ ਜ ਜ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹ ਕਹਿਣ ਲੱਗੇ ਵੀ ਭਾਈ ਦੇਖ ਜਿਹੜਾ ਤੈਨੂੰ ਹਨਾ ਨਾਮ ਦਿੱਤਾ ਹੈਗਾ ਜਪਣ ਵਾਸਤੇ ਇਸ ਤੋਂ ਵੱਧ ਕੋਈ ਵੀ ਜਿਹੜਾ ਹਨ ਉਹ ਵਿਦਵਾਨੀ ਗ੍ਰੰਥ ਨਹੀਂ ਹੈਗਾ ਕਿਉਂਕਿ ਨਾਮ ਹੀ ਸਭ ਤੋਂ શ્રેਸ਼ਟ ਹੈ ਤੇ ਸਾਰੇ ਗ੍ਰੰਥਾਂ ਦਾ ਸਵਾਰ ਵੀ ਕੇਵਲ ਨਾਮ ਹੀ ਆ ਤੇ ਜਿਹਨਾਂ ਨੇ ਨਾਮ ਜਪ ਲਿਆ ਸਮਝ ਲਓ ਉਹਨਾਂ ਨੇ ਸਾਰੇ ਗ੍ਰੰਥ ਵੇਦਵਾ ਚ ਲੈ ਹੈਗੇ ਆ ਜਦ ਇਸ ਤਰ੍ਹਾਂ ਦੀਆਂ ਬਜਾਰਾਂ ਕੀਤੀਆਂ ਇਹ ਸੱਜਣ ਕਹਿਣ ਲੱਗੇ ਕਿ ਮੈਂ ਨਹੀਂ ਜਾਣਦਾ ਹੈਗਾ ਤੇ ਉਹਨਾਂ ਨੇ ਜੋ ਘਟਨਾ ਉਹਨਾਂ ਨੇ ਹੋਈ ਸੀ ਕਿ ਕਿਵੇਂ ਸਾਰੀ ਸੰਗਤ ਦੇ ਵਿੱਚ ਕਿਸੇ ਵਿਦਵਾਨ ਨੇ ਉਹਨਾਂ ਨੂੰ ਬੇਪੱਤ ਕੀਤਾ ਹੈਗਾ ਤੇ ਇਸ ਤਰ੍ਹਾਂ ਕੋੜੇ ਬਚਨ ਬੋਲੇ ਆ ਇਵੇਂ ਤਾਂ ਸੈ ਨਹੀਂ ਹੋਏ ਅੰਦਰੋਂ ਅੰਦਰੀ ਤੇ ਮੈਂ ਸੋਚਦਾ ਵੀ ਜੇ ਮੈਂ ਵੀ ਅੱਜ ਪੜਿਆ ਹੁੰਦਾ ਤੇ ਇਹ ਜਿਹੜਾ ਵਿਦਵਾਨ ਹੈ ਜਿਹਨੂੰ ਆਪਣੀ ਵਿਦਿਆ ਤੇ ਬੜਾ ਗਰੂਰ ਹੈਗਾ ਤੇ ਇਹਨੂੰ ਮੈਂ ਕਿਸੇ ਨਾ ਕਿਸੇ ਸਵਾਲ ਦਾ ਜਵਾਬ ਦੇ ਸਕਦਾ ਪਰ ਮੈਂ ਬੇਵੱਸ ਸੀਗਾ ਜਦ ਇੰਨੀ ਗੱਲ ਹੋਈ ਤੇ ਇਹ ਜਿਹੜੇ ਮਹਾਤਮਾ ਸੀਗੇ ਇਹ ਸੱਜਣ ਦੀ ਗੱਲ ਸੁਣ ਕੇ ਚੁੱਪ ਕਰ ਗਏ ਕਹਿਣ ਲੱਗੇ ਅੱਛਾ ਅਗਰ ਇਹ ਗੱਲ ਹੈਗੀ ਆ ਤਾਂ ਠੀਕ ਆ ਅਸੀਂ ਤੈਨੂੰ ਨਾਮ ਨਾਮ ਦੀ ਸਰਵਉੱਚਤਾ ਦੱਸਦੇ ਹਾਂ ਕਿ ਨਾਮ ਕੀ ਕੁਝ ਨਹੀਂ ਕਰ ਸਕਦਾ ਜਦ ਇੰਨੀ ਗੱਲ ਹੋਈ ਤੇ ਉਹ ਜਿਹੜੇ ਮਹਾਤਮਾ ਗੁਰਦੇਵ ਸੀ ਇਹ ਸੱਜਣ ਨੂੰ ਕਹਿਣ ਲੱਗੇ ਕਿ ਕਿਦਾਂ ਕਰ ਆਪਣਾ ਮੂੰਹ ਖੋਲ ਤੇ ਆਪਣੀ ਜੀਬ ਬਾਹਰ ਕੱਢ ਜਦ ਇੰਨੀ ਗੱਲ ਹੋਈ ਇਹਨਾਂ ਸੱਜਣਾ ਨੇ ਬਚਨ ਮੰਨ ਕੇ ਆਪਣਾ ਮੂੰਹ ਖੋਲਿਆ ਤੇ ਆਪਣੀ ਜਿਹੜੀ ਰਸਨਾ ਸੀ ਜੀਬ ਸੀ ਜਦ ਜੀਬਾ ਬਾਹਰ ਕੱਢੀ ਤੇ ਇਹਨਾਂ ਮਹਾਤਮਾ ਨੇ ਹਨਾ ਉਂਗਲ ਦੇ ਨਾਲ ਥੱਲੇ ਜਿਹੜੀ ਰੱਜ ਪਈ ਸੀ ਉਹ ਰੱਜ ਜਿਹੜੀ ਉਂਗਲ ਨੂੰ ਲਾਈ ਤੇ ਇਹਨਾਂ ਦੀ ਜੀਬ ਦੇ ਉੱਤੇ ਨਾਮ ਦੇ ਦੋ ਅੱਖਰ ਲਿਖ ਦਿੱਤੇ ਜਦ ਨਾਮ ਦੇ ਦੋ ਅੱਖਰ ਲਿਖੇ ਬਸ ਦੋ ਅੱਖਰ ਲੇਖਣ ਦੇ ਨਾਲ ਐਸਾ ਬਿਜਲੀ ਦਾ ਕਰੰਟ ਲੱਗਾ ਕਿ ਇਹਨਾਂ ਸੱਜਣਾ ਦੇ ਅੰਦਰ ਉਹ ਕਪਾਟ ਖੁੱਲ ਗਿਆ। ਜਦ ਕਪਾਟ ਖੁੱਲ ਗਿਆ ਤਾਂ ਸਾਰੇ ਗ੍ਰੰਥ ਇਹਨਾਂ ਨੂੰ ਜਿਹੜੇ ਸੀਗੇ ਉਹ ਆਪਣੇ ਆਪ ਪ੍ਰਗਟ ਹੋ ਗਏ। ਜਦ ਸ਼ਕਤੀ ਦੇ ਵਿੱਚ ਇਹਨਾਂ ਦੇ ਅੰਦਰ ਜਿਹੜੇ ਸੀਗੇ ਉਹਨਾਂ ਦੀ ਇੱਕ ਜਿਹੜੀ ਧਾਰਾ ਸੀਗੀ ਹਨਾ ਜਦ ਸ਼ਕਤੀ ਦੀ ਉਹ ਬਹਿ ਤੁਰੇ। ਜਦ ਬਹਿ ਤੁਰੇ ਤੇ ਇਹ ਜਿਹੜੇ ਗੁਰਮੁਖ ਪਿਆਰੇ ਸੀਗੇ ਇਹ ਤਾਂ ਨਾਮ ਦੀ ਇਹ ਸ਼ਕਤੀ ਦੇਖ ਕੇ ਅਚਰਜ ਹੋ ਗਏ। ਉਸ ਤੋਂ ਬਾਅਦ ਮਹਾਤਮਾ ਕਹਿਣ ਲੱਗੇ ਜਾਓ ਅੱਜ ਤੋਂ ਬਾਅਦ ਇਸ ਦੁਨੀਆ ਦਾ ਕੋਈ ਵੀ ਵਿਦਵਾਨ ਢਾਡੇ ਮੋਰੇ ਕਿਸੇ ਵੀ ਗੋਸ਼ਟੀ ਦੇ ਵਿੱਚ ਟਿਕ ਨਹੀਂ ਸਕਦਾ ਹੈ ਜਦ ਇੰਨੀ ਗੱਲ ਹੋਈ ਬਸ ਫੇਕੀ ਸੀ ਇਹ ਜਿਹੜੇ ਮਹਾਤਮਾ ਸੀ ਕਹਿ ਕੇ ਤਾਂ ਚਲੇ ਗਏ ਇਹ ਹੁਣ ਸੱਜਣ ਜਿਨ੍ਹਾਂ ਦੇ ਅੰਦਰ ਇਹ ਗਿਆਨ ਦਾ ਚਸ਼ਮਾ ਪ੍ਰਗਟ ਹੋ ਗਿਆ ਇਹ ਬੜੇ ਅਨੰਦਤ ਹੋ ਗਏ ਜਿਆਦਾ ਨੰਦਤ ਹੋਏ ਆ ਉਸ ਤੋਂ ਬਾਅਦ ਉਹ ਜਿਹੜਾ ਕੋਈ ਵੀ ਵਿਦਵਾਨ ਇਹਨਾਂ ਦੇ ਪਾਸ ਕਿਸੇ ਵੀ ਗ੍ਰੰਥ ਦੀ ਜਾਂ ਕਿਸੇ ਵੀ ਸਲੋਕ ਦੀ ਹੈ ਨਾ ਕੋਈ ਵੀ ਪੰਕਤੀ ਲੈ ਕੇ ਜਦ ਆਉਂਦਾ ਇਹ ਫਿਰ ਜਦ ਉਹਦਾ ਹਨਾ ਉਸ ਨੂੰ ਅਰਥ ਕਰਕੇ ਦੱਸ ਦੇ ਉਹ ਵਿਦਵਾਨ ਜਿਹੜਾ ਸੀ ਉਹ 당ਗ ਰਹਿ ਜਾਂਦਾ ਕਿ ਐਡੇ ਗਹਿਰੇ ਤੇ ਇੰਨੇ ਡੂੰਘੇ ਹਾਸ ਇਸ ਸ਼ਲੋਕ ਦੇ ਇਸ ਛੰਦ ਦੇ ਇਹ ਜਿਹੜੇ ਆ ਇਹ ਮਹਾਤਮਾ ਕਰਦੇ ਆ ਪਰ ਜਦ ਕਿ ਇਹਨਾਂ ਨੇ ਜ਼ਿੰਦਗੀ ਵਿੱਚ ਕੋਈ ਗ੍ਰੰਥ ਨਹੀਂ ਪੜ੍ਹਿਆ ਹੈਗਾ ਵਿਦਿਆਪਨ ਨਹੀਂ ਇਹ ਨਹੀਂ ਜਾਣਦੇ ਅੱਖਰਾਂ ਦੀ ਬਣਾवट ਇਹਨਾਂ ਨੂੰ ਨਹੀਂ ਪਤਾ ਪਰ بڑے بڑے ਸ਼ਲੋਕਾਂ ਤੇ ਸ਼ੰਦਾਂ ਦੇ ਅਰਥ ਬੜੇ ਗਹਿਰ ਤੇ ਗੰਭੀਰਤਾ ਦੇ ਨਾਲ ਇਹ ਕਿਵੇਂ ਜਿਹੜੇ ਹੈਗੇ ਇਹ ਦੱਸ ਦਿੰਦੇ ਆ ਇਹ ਕੇਵਲ ਤੇ ਕੇਵਲ ਇਹਨਾਂ ਦੇ ਅੰਦਰ ਪ੍ਰਗਟੇ ਹੋਏ ਉਹਨਾਂ ਗ੍ਰੰਥਾਂ ਦੀ ਸ਼ਕਤੀ ਹੈਗੀ ਆ ਜਿਹੜੀ ਨਾਮ ਰਾਮ ਦੀ ਦੁਆਰਾ ਜਿਹੜੀ ਆ ਇਹਨਾਂ ਦੀ ਰਸਨਾ ਦੇ ਉੱਤੇ ਨੇ ਮਹਾਤਮਾ ਨੇ ਲਿਖੀ ਸੀ ਉਹਦੇ ਦੁਆਰਾ ਪ੍ਰਗਟ ਹੋ ਗਈ ਆ ਸੋ ਕਹਣ ਤੋਂ ਭਾਵੇਂ ਆ ਕਿ ਸਭ ਤੋਂ ਸ੍ਰੇਸ਼ਟ ਤਾਂ ਅਸਲ ਦੇ ਵਿੱਚ ਨਾਮ ਹੈ ਸਾਰ ਤਤ ਨਾਮ ਹੈ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਬਿਸ਼ਰਾਮ ਸਗਲ ਮਤਾਂਤ ਸਾਰੇ ਮਤਾ ਮਤਾਂਤਰਾਂ ਦੀ ਇੱਕੋ ਇੱਕ ਖੋਜ ਇੱਕੋ ਇੱਕ ਸੇਟਾ ਉਹ ਹੈ ਨਾਮ ਤੇ ਜਿਹਦੇ ਅੰਦਰ ਨਾਮ ਹਿਰਦੇ ਦੇ ਵਿੱਚ ਵਸ ਗਿਆ ਇਹ ਨਾਮ ਸਭ ਨਾ ਗੱਲਾਂ ਸਮਰਥ ਹੈ ਤੇ ਇਹੋ ਹੀ ਨਾਮ ਜਿਹੜੇ ਆ ਇਹ ਹੀ ਤੁਹਾਡੀ ਯਾਦ ਦੇ ਵਿੱਚ ਤੁਹਾਡੇ ਅੰਦਰੂਨੀ ਗਿਆਨ ਜਿੰਨੇ ਵੀ ਭੰਡਾਰਿਆ ਸਾਰਿਆਂ ਨੂੰ ਸਮਰਥ ਕਰ ਦਿੰਦਾ ਪ੍ਰਗਟ ਕਰ ਦਿੰਦਾ ਉਜਾਗਰ ਕਰ ਦਿੰਦਾ ਹੈਗਾ ਇਸੇ ਕਰਕੇ ਧੰਗੁਰ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਹੈਗਾ ਉਹ ਜਪਜੀ ਸਾਹਿਬ ਦੇ ਵਿੱਚ ਇਹਨਾਂ ਚੀਜ਼ਾਂ ਦੇ ਜਿਹੜੇ ਭੇਜ ਵਾ ਉਹ ਗੁਰਬਾਣੀ ਦੇ ਅੰਦਰ ਸਪਸ਼ਟ ਕੀਤੇ ਔਰ ਇਹਦੇ ਵਿੱਚ ਧੰਗੁਰ ਨਾਨਕ ਸਾਹਿਬ ਨੇ ਇਹ ਦੱਸਿਆ ਹੈ ਕਿ ਨਾਮ ਦੇ ਸੁਣਨ ਦੇ ਨਾਲ ਅੰਦਰ ਨਾਮ ਦੇ ਆਨੰਦ ਦੇ ਪ੍ਰਗਟ ਹੋਣਾ ਕਿਵੇਂ বেদ ਸ਼ਾਸਤਰ ਜਿਹੜੇ ਆ ਉਹਨਾਂ ਦੀ ਗਿਆਨ ਜਿਹੜੇ ਆ ਉਹ ਆਪਣੇ ਆਪ ਖੁੱਲ ਜਾਂਦੇ ਆ ਇਹ ਕੇਵਲ ਨਾਮ ਦੀ ਸਮਰੱਥਾ ਹੈਗੀ ਆ ਇਸ ਕਰਕੇ ਕਹਿਣ ਤੋਂ ਭਾਵੇਂ ਆ ਕਿ ਅਸੀਂ ਆਪਣੀ ਯਾਦ ਸ਼ਕਤੀ ਨੂੰ ਵਧਾਉਣ ਵਾਸਤੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਕਿੰਨੇ ਵੀ ਕੋਈ ਟੋਨਿਕ ਖਾ ਲਈਏ ਕੈਪਸੂਲ ਖਾ ਲਈਏ ਇਹ ਕੈਪਸੂਲ ਟੋਨਿਕ ਜਿਹੜੇ ਤੁਹਾਡੀ ਦਿਮਾਗ ਸ਼ਕਤੀ ਨੂੰ ਜਿਹੜੇ ਹੈ ਉਹ ਵਧਾਉਣ ਦੇ ਸਮਰੱਥ ਨਹੀਂ ਹੈਗੇ ਇਹ ਇੱਕ ਭਰਮਪレਖਾ ਹੈ ਅਸਲ ਦੇ ਵਿੱਚ ਜਿੰਨੇ ਅਸਲੀ ਤੌਰ ਤੇ ਆਪਣੀ ਜਿਹੜੀ ਦਿਮਾਗ ਯਾਦਦਾਸ਼ਤ ਸ਼ਕਤੀ ਇਹਨੂੰ ਵਧਾਉਣਾ ਹਨ ਤਾਂ ਫਿਰ ਉਹਨੂੰ ਨਾਮ ਭਜਨ ਸਿਮਰਨ ਦਾ ਲੜ ਫੜਨਾ ਹੀ ਪਣਾ ਹੈਗਾ ਤੇ ਬਿਨਾ ਨਾਮ ਭਜਨ ਸਿਮਰਨ ਦੇ ਇਹ ਜਿਹੜੀ ਯਾਦ ਸ਼ਕਤੀ ਆ ਇੱਕ ਭਰਮ ਭਲੇਖਾ ਹੈਗਾ ਇਸ ਕਰਕੇ ਸਾਡੀ ਜਿਹੜੀ ਯਾਦ ਸ਼ਕਤੀ ਆ ਇਹ ਕੰਪਿਊਟਰ ਕੀ ਆ ਪਮਨ ਲੱਖਾਂ ਕੰਪਿਊਟਰ ਵੀ ਜਿਹੜੇ ਇੱਕ ਜਗ੍ਹਾ ਇਕੱਠੇ ਹੋ ਜਾਣ ਤੇ ਐਡੀ ਉਹਨਾਂ ਦੀ ਸਮਰੱਥਾ ਬਣ ਜਵੇ ਪਰ ਨਾਮ ਦੇ ਸਹਾਰੇ ਪ੍ਰਗਟ ਹੋਈ ਯਾਦ ਸ਼ਕਤੀ ਦਾ ਇੱਕ ਕਿਣਕੇ ਦਾ ਵੀ ਇਹ ਚੀਜ਼ ਜਿਹੜੀ ਮੁਕਾਬਲਾ ਨਹੀਂ ਕਰ ਸਕਦੀ ਇਸ ਕਰਕੇ ਨਾਮ ਦੀ ਸਰਵਉੱਚਤਾ ਸਭ ਤੋਂ ਜ਼ਿਆਦਾ ਹੈਗੀ ਆ ਤੇ ਜਿਨ੍ਹਾਂ ਦਾ ਮਨ ਸ਼ੁੱਧ ਹੈ ਨਰਮਲ ਹੈ ਕਪਟ ਤੁ ਰਹਿਤ ਹੈ ਚੁੱਸ ਚਲਕਿਆਂ ਤੁ ਰਹਿਤ ਹੈ ਤੇ ਨਾਮ ਵੀ ਭਈ ਉਹਨਾਂ ਦੇ ਅੰਦਰ ਹੀ ਜਿਹੜਾ ਹੈ ਉਹ ਆਪਣਾ ਘਰ ਕਰਦਾ ਆਪਣੀ ਜਗ੍ਹਾ ਬਣਾਉਂਦਾ ਹੈਗਾ ਤੇ ਇਹ ਜਗ੍ਹਾ ਬਣਾਉਂਦਾ ਬਣਾਉਂਦਾ ਜਦ ਨਾਮ ਅੰਦਰ ਟਿਕ ਜਾਂਦਾ ਹੈ ਸਹਿਜ ਦੇ ਵਿੱਚ ਤੇ ਇੱਕ ਮਸਤੀ ਹਲਾਰਾ ਖੁਮਾਰੀ ਜਿਹੜੀ ਅੰਦਰ ਪ੍ਰਗਟ ਹੋ ਜਾਂਦੀ ਆ ਤੇ ਇਹ ਸਮਸਤੀ ਖੁਮਾਰੀ ਦੇ ਪ੍ਰਗਟ ਹੋਣ ਤੋਂ ਬਾਅਦ ਜੋ ਮਨ ਦਾ ਫੁਰਨਾ ਹੈਗਾ ਚਾਹੇ ਉਹ ਯਾਦ ਸ਼ਕਤੀ ਦੀ ਸ਼ਕਲ ਦੇ ਵਿੱਚ ਹੋਵੇ ਉਹ ਫਿਰ ਪ੍ਰਤੱਖ ਹੋ ਜਾਂਦਾ ਇਸ ਗੱਲ ਦਾ ਜਿਹੜਾ ਹੈਗਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਨਾਮ ਤੋਂ ਪਰੇ ਕੁਛ ਨਹੀਂ ਜੋ ਕੁਛ ਹੈ ਸੋ ਨਾਮ ਹੀ ਹੈ ਤੇ ਨਾਮ ਤਾਂ ਮਹਾਂਪੁਰਖ ਦੱਸਦੇ ਆ ਉਸ ਪਰਿਪੂਰਨ ਪਰਮਾਤਮਾ ਤੋਂ ਵੀ ਉੱਪਰ ਹੈ ਇਸ ਕਰਕੇ ਨਾਮ ਦੀ ਮਹਿਮਾ ਅਪਰੰਪਾਰ ਹੈਗੀ ਆ ਕਿ ਸਭ ਤੇ ਜਿਹੜਾ ਉੱਪਰ ਹੈ ਉਹ ਕੇਵਲ ਨਾਮ ਹੈ ਤੇ ਨਾਮ ਦੇ ਕਰਕੇ ਹੀ ਇਹ ਸਾਰੀ ਜੋ ਬ੍ਰਹਿਮੰਡ ਦੀ ਕਿਰਿਆ ਹੈਗੀ ਅਖੰਡ ਬ੍ਰਹਿਮੰਡ ਇਹ ਸਾਰੇ ਨਾਮ ਦੇ ਆਸਰੇ ਹੀ ਟਿਕੇ ਹੋਏ ਆ ਤੇ ਨਾਮ ਹੀ ਇਹਨਾਂ ਸਾਰਿਆਂ ਦਾ ਜਿਹੜਾ ਸੰਚਾਲਨ ਕਰ ਰਿਹਾ ਹੈਗਾ ਸਭ ਸ੍ਰਿਸ਼ਟੀ ਦੇ ਨਿਜਮ ਕਾਨੂੰਨ ਇਹ ਨਾਮ ਹੀ ਚਲਾ ਰਿਹਾ ਇਸ ਕਰਕੇ ਨਾਮ ਦੀ ਸਰਵਉੱਚਤਾ ਜਿਹੜੀ ਆ ਉਹ ਸਭ ਤੋਂ શ્રેષ્ઠ ਹੈ ਸੁਦਾਸ ਇੰਨੇ ਕੁ ਬਚਨ ਹੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ